ਸਰਕਾਰ ਆਪਦੇ ਦੁਆਰ ਜੋ ਕੈਂਪ ਲਾਏ ਜਾ ਰਹੇ ਨੇ, ਇਹਨਾਂ ਦੇ ਨਾਲ ਇੱਕ ਤਾਂ ਸਾਡਾ ਟਾਈਮ ਬੱਚਤ ਹੁੰਦੀ ਆ, ਸਾਡਾ ਪੈਸਾ ਵੀ ਬਚਦਾ ਕਿਉਂਕਿ ਅਸੀਂ ਕਿਤੇ ਜਾਣਾ ਨਹੀਂ, ਅਫਸਰ ਇੱਥੇ ਹੀ ਆ ਕੇ ਕੰਮ ਕਰ ਰਹੇ ਨੇ। 1076 1076 ਨੰਬਰ ਹੈ, ਤੁਸੀਂ ਡਾਇਲ ਕਰੋਗੇ ਤੁਹਾਡੇ ਘਰੇ ਆ ਜਾਊਗਾ, ਕੋਈ ਡਾਕੂਮੈਂਟ ਹੋਰ ਲੋਡ ਹੋਈ ਆਪ ਹੀ ਬਣਵਾ ਕੇ ਤੁਹਾਡੇ ਘਰੇ ਆ ਕੇ ਫੜਾ ਕੇ ਜਾਊਗਾ। ਲਓ ਜੀ, ਜਦੋਂ ਅਸੀਂ ਸਰਕਾਰੀ ਦਫ਼ਤਰਾਂ 'ਚ ਬਾਹਰ ਜਾਈਦਾ ਸੀ, ਬਾਹਲੀ ਖੱਜਲ ਖੁਆਰੀ ਹੁੰਦੀ ਸੀ। ਇਹ ਭਗਵੰਤ ਮਾਨ ਸਰਕਾਰ ਵੱਲੋਂ ਬਹੁਤ ਵਧੀਆ ਉਪਰਾਲਾ ਜਿਹੜਾ ਕੀਤਾ ਗਿਆ ਹੈ, ਪੈਨਸ਼ਨ ਦੀ ਸੁਵਿਧਾ ਵੀ ਇਹੀ ਮਿਲ ਰਹੀ ਹੈ, ਐਗਰੀਕਲਚਰ ਸੇ ਸੰਬੰਧਿਤ ਵੀ ਇਹੀ ਹੈ, ਔਰ ਸਾਥ ਮੇਂ ਮੈਡੀਕਲ ਕੈਂਪ ਵੀ ਹੈ, ਔਰ ਸਾਥ ਮੇਂ ਰੁਜ਼ਗਾਰ ਕੇ ਮਨਰੇਗਾ ਕੇ ਕਾਰਡ ਵੀ ਇਹੀ ਬਣ ਰਿਹਾ ਹੈ। ਸਰਕਾਰ ਨੇ ਇਹ ਕਦਮ ਉਠਾਇਆ, ਇੱਕ ਬਹੁਤ ਬਿਹਤਰੀਨ ਕਦਮ ਹੈ। ਜਦੋਂ ਵੀ ਸਾਡੇ ਕੋਈ ਸਰਕਾਰੀ ਕੰਮ ਫਸ ਜਾਂਦੇ ਹਨ ਤੇ ਉਹ ਸਾਨੂੰ ਨਹੀਂ ਪਤਾ ਲੱਗਦਾ ਕਿ ਉਹ ਕਿੱਥੋਂ ਹੁੰਦੇ ਹਨ, ਜਦੋਂ ਦੀ ਸਰਕਾਰ ਤੁਹਾਡੇ ਦੁਆਰ ਚੱਲੀ ਹੈ ਉਦੋਂ ਤੋਂ ਹੀ ਸਾਡੇ ਸਰਕਾਰੀ ਸਾਰੇ ਕੰਮ ਪਿੰਡਾਂ ਦੇ ਵਿੱਚ ਹੋ ਰਹੇ ਹਨ। ਇੱਦਾਂ ਦੇ ਕੰਮ ਪੰਜਾਬ ਸਰਕਾਰ ਕਰਦੀ ਰਹੀ, ਅਸੀਂ ਬਹੁਤ ਬਹੁਤ ਭਗਵੰਤ ਮਾਨ ਸਰਕਾਰ ਦਾ ਧੰਨਵਾਦ ਕਰਦੇ ਹਾਂ। ਜੋ ਇਹ ਕਦਮ ਉਠਾਏ ਪੰਜਾਬ ਸਰਕਾਰ ਨੇ, ਇਨ ਕਦਮੋਂ ਕੇ ਲਈ ਪੰਜਾਬ ਕਾ ਹਰ ਇੱਕ ਜੋ ਨਾਗਰਿਕ ਹੈ, ਹਰ ਇੱਕ ਵੋਟਰ ਹੈ, ਉਹ ਭਗਵੰਤ ਮਾਨ ਜੀ ਕੇ ਲਈ ਥੈਂਕਫੁਲ ਹੈ। ਭਗਵੰਤ ਮਾਨ ਨੇ ਇਹ ਕੰਮ ਬੜਾ ਵਧੀਆ ਕੀਤਾ, ਸਾਡੀ ਚਿੱਟੀ ਦਾੜੀ ਹੋ ਗਈ, ਹੁਣ ਸਾਡੀ ਮੁੱਛ ਖੜੀ ਹੋ ਗਈ। ਦੁਬਾਰੇ ਫੇਰ ਇਸੇ ਸਰਕਾਰ ਨੂੰ ਮੌਕਾ ਦਿੱਤਾ ਜਾਵੇਗਾ ਜੇ ਇਸੇ ਤਰ੍ਹਾਂ ਇਹ ਕੰਮ ਕਰਦੇ। ਭਗਵੰਤ ਮਾਨ ਸਰਕਾਰ ਇੱਦਾਂ ਹੀ ਕੰਮ ਕਰਦੇ ਰਹੇ, ਅਸੀਂ ਉਹਨਾਂ ਦਾ ਸਾਥ ਦਿੰਦੇ ਰਹਾਂਗੇ। ਜੇ ਵੋਟਾਂ ਮੰਗਣੇ ਸੀ ਡੋਰ ਟੂ ਡੋਰ ਆ ਸਕਦੇ ਹਾਂ, ਫਿਰ ਤੁਹਾਡੇ ਕੰਮ ਕਰਨ ਕਿਉਂ ਨਹੀਂ ਆ ਸਕਦੇ ਡੋਰ ਟੂ ਡੋਰ? ਸਰਕਾਰ ਲੋਕਾਂ ਦੀ ਹੈ ਅਤੇ ਲੋਕਾਂ ਲਈ ਹੈ।